साल 2015 ने बरगाड़ी बेअदबी मामले च जुड़े बैबल गोलीकांड विच अज तक कोई इंसाफ ना मिलन दे रोस विच गोलीकांड दे पीड़ित परिवारां वलों पिछले 3 महीनों तो बैबल कला विच गोली स्थान ते इंसाफ मोर्चा दे नां ते 3 रात दा धरना दिता जा रहा है। ऐतवार नूं भी सत्ता परिवर्तन दे चलदिआं अगलेरी रणनीति दे लई इंसाफ मोर्चे दे संगठनां दी बैठक बुलाई गई, जिस दे बाद नैशनल हाईवे जाम करके संकेतक रोस जताया गया अते चेतावनी दिती गई कि जेकर सरकार ने जल्दी इंसाफ नहीं दिता तां तिखे संघर्ष तों गुरेज नहीं कीता जावेगा। इस मौके ते पीड़ित परिवारां वल्लों घटना दे लई जिम्मेवार राजनेतावां दे खिलाफ कार्रवाई दी मंग कीती जा रही है। दोषी शरेआम जेलां तों बाहर भरदे आ, एक क्रिमिनल बंदे नूं ब्लैंकेट बेल इन्हां दीआं कोटां देई जांदियां, उन्हां नूं खारज नहीं करा सके ते असीं साडे कोल इस तों वड्डा कोई राह नहीं, असीं खिच के चलांगे। जे सरकार छेती हल ना करूगी तां फिर असीं जिहड़ा सातो चाहे काम असीं उह वी करांगे। इह स्थाई समय दे लई कीता गया जाम जां अस्थाई रूप इह संगत नाल सलाह करदे आ, बई संगत सारी संगत दे फैसले चलणगे, पक्के रूप च होऊगा जी, पक्के बई संगत ही फैसले आ, संगत दे नाल ही चलना। सुखराज जी क्यों लेना पिया फैसला तुहाडे नाल, आम आदमी पार्टी दे भगवंतमान ने किसे ने इस तों पहला गलबात करन दी कोशिश कीती? बई जी किसे दा बयान तक नहीं, आ सरकार बणी नूं अज 10 दिन हो गया, 20 तरीक आ। सुखराज कल गुरदेव सिंह सेखू आउंदे ने ਤੁਹਾਡੇ ਕੋਲ, ਉਹਨਾਂ ਵੱਲੋਂ ਭਰੋਸਾ ਦਿਵਾਇਆ ਜਾਂਦਾ? ਦੇਖੋ ਐਜ ਏ ਸਿੱਖ ਤੇ ਅਸੀਂ ਕੁਛ ਕਰਾਂਗੇ ਇਹ ਕਹਿ ਕੇ ਗਏ ਆ, ਇਦੋਂ ਵੱਡੀ ਹੋਰ ਕੋਈ ਗੱਲ ਨਹੀਂ ਹੋਈ, ਅਸੀਂ ਕੁਛ ਕਰਾਂਗੇ, ਜਦੋਂ ਕਰਨਗੇ ਉਦੋਂ ਅਸੀਂ ਗੱਲਬਾਤ ਕਰਕੇ। ਵਾਰ ਵਾਰ ਕੁਲਤਾਰ ਸਿੰਘ ਸੰਧਵਾਂ ਵੀ ਆਉਂਦੇ ਰਹੇ ਨੇ, ਉਹਨਾਂ ਦਾ ਕੋਈ ਫੋਨ ਜਾਂ ਵੈਸੇ ਮਿਲ ਨਹੀਂ ਆਏ ਉਸ ਤੋਂ? ਨਹੀਂ ਉਸ ਤੋਂ ਬਾਅਦ ਨਹੀਂ ਆਇਆ, ਜਦ ਤੋਂ ਬਾਅਦ ਗੱਲਬਾਤ ਕਰਨ ਲਈ ਆਇਆ ਕੱਲੇ ਗੁਰਦਿੱਤ ਸਿੰਘ ਸੇਖੋਂ ਪਰਸੋਂ ਆ ਕੇ ਗਏ ਆ, ਉਹ ਹਾਂ ਦਾ ਨਾਰਾ ਲਾ ਲਓ, ਉਹਨਾਂ ਨੂੰ ਐਜ ਏ ਸਿੱਖ ਲਾ ਲਓ, ਉਹ ਸਮਰਥਨ ਕਰਨ ਆਏ ਆ, ਉਹ ਵੱਖਰੀ ਗੱਲ ਆ, ਪਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੱਸਿਆ ਕੋਈ ਗੱਲ ਕਰਾਂਗੇ, ਸਾਡੇ ਵੱਲੋਂ ਸਵਾਲ ਕੀਤਾ ਗਿਆ ਸੀ ਬਈ ਤੁਹਾਡੀ ਸਰਕਾਰ ਆ, ਅਸੀਂ ਕੁਛ ਕਰਾਂਗੇ, ਉਹਨਾਂ ਦਾ ਇੰਨਾ ਹੀ ਸਵਾਲ ਸੀ। ਓਵਰ ਵਿਦਿਆ ਪ੍ਰਤਾਪ ਨਾਲ ਚੰਗੇ ਤਾਲੁਕਾ ਸੀ, ਗੱਲਬਾਤ ਹੋਈ ਆ ਵੀ? ਦੇਖੋ ਜੀ ਗੱਲ ਇਹੀ ਕਹਿ ਰਿਹਾ ਵੀ ਜਿਹੜੇ ਬੰਦੇ ਨੇ ਇਨਵੈਸਟੀਗੇਸ਼ਨ ਕੀਤੀ ਆ, ਜਿਨ੍ਹਾਂ ਦੇ ਹੱਥਾਂ ਤੇ ਤਾਲੇ ਲੱਗੇ ਸੀ, ਅੱਜ ਤਾਲੇ ਵੀ ਇਹਨਾਂ ਦੇ, ਚਾਬੀਆਂ ਵੀ ਇਹਨਾਂ ਦੀਆਂ ਤੇ ਹੱਥ ਵੀ ਖੁੱਲੇ ਆ, ਸੋ ਸਰਕਾਰ ਨੂੰ ਫੈਸਲੇ ਕਰਨ 'ਚ ਦੇਰੀ ਨਹੀਂ ਕਰਨੀ ਚਾਹੀਦੀ। ਜੇ 2015 ਤੋਂ ਲੈ ਕੇ ਅੱਜ ਤੱਕ ਦੂਜੇ ਰਾਜਨੀਤਿਕ ਖੁੰਝੇ ਲੱਗਦੇ ਆਏ ਆ ਤਾਂ ਲੱਗਣਗੇ ਵੀ। ਸੁਖਰਾਜ ਤੁਸੀਂ ਇਹ ਗੱਲ ਕਹੀ ਸੀਗੀ ਪਹਿਲਾਂ ਅਸੀਂ ਅਲਟੀਮੇਟਮ ਦੇਵਾਂਗੇ ਜਦੋਂ ਨਵੀਂ ਸਰਕਾਰ ਬਣਦੀ ਹੈ, ਫਿਰ ਕੋਈ ਫੈਸਲਾ ਲਵਾਂਗੇ, ਇਹਨਾਂ ਅਚਾਨਕ ਕਿਉਂ ਲਿਆ ਫੈਸਲਾ? ਬਾਈ ਜੀ 7 ਸਾਲ ਹੋ ਗਏ ਸਾਨੂੰ, 7 ਸਾਲ ਹੋਏ ਆ ਜੀ, ਬਾਈ ਸਰਕਾਰ ਦਾ ਇੱਕ ਵੀ ਬਿਆਨ ਨਹੀਂ ਆਇਆ, ਉਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਦੇ ਨਹੀਂ ਸੀਗੇ ਕਹਿੰਦੇ, ਉਹਨਾਂ ਨੂੰ ਯਾਦ ਕਰਵਾਉਣੇ ਵੀ ਮੁੱਦਾ ਇਹੀ ਹੈ, ਸਭ ਤੋਂ ਪਹਿਲਾ ਮੁੱਦਾ ਇਹੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ, ਹਾਲੇ ਇਹ ਤੇ ਕੀ ਕਹਿਣਾ? ਬਾਈ ਜੀ ਸਮਾਂ ਕਾਹਦਾ, ਇਨਵੈਸਟੀਗੇਸ਼ਨ ਇਹਨਾਂ ਕੋਲੇ, ਜੱਜ ਇਹਨਾਂ ਦੇ ਹੋ ਗਏ, ਵਕੀਲ ਇਹਨਾਂ ਦੇ ਹੋ ਗਏ, ਤੇ ਹੁਣ ਸਮਾਂ ਕਾਹਦਾ ਬਾਈ? ਬਾਈ ਸਾਨੂੰ ਇਸ ਸਿਸਟਮ ਤੇ ਯਕੀਨ ਹੀ ਨਹੀਂ। ਸਰਕਾਰ ਬਦਲ ਗਈ, ਮੰਨ ਲਈ ਤੁਹਾਡੀ ਗੱਲ, ਸਰਕਾਰ ਨੂੰ ਟਾਈਮ ਦੇਣਾ ਚਾਹੀਦਾ, ਜਿਹੜੀ CBI ਤਾਂ ਨਹੀਂ ਬਦਲੀ, ਪੁਲਿਸ ਤਾਂ ਨਹੀਂ ਬਦਲੀ, ਏਜੰਸੀਆਂ ਤਾਂ ਨਹੀਂ ਬਦਲੀਆਂ, ਉਹ ਸਿਸਟਮ ਤਾਂ ਨਹੀਂ ਬਦਲਿਆ ਜਿਹਦੇ 'ਚ ਅਸੀਂ ਦਫਨ ਹੋਈ ਜਾਂਦੇ ਹਾਂ, ਨਿੱਤ ਸਿੱਖ ਕੌਮ ਨੂੰ ਜਲੀਲ ਕੀਤਾ ਜਾਂਦਾ, ਇਹਨਾਂ ਨੇ ਸਿਗਰਟ ਪੀਣ ਦੀ ਸਜ਼ਾ ਦੇ ਦੇਣਗੇ, ਦਰਬਾਰ ਸਾਹਿਬ 'ਚ ਪ੍ਰਕਰਮਾਂ ਦੇ ਵਿੱਚ ਬੀੜੀ ਬੁੜੀ ਲਾ ਕੇ ਆਉਂਦੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।